ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ Exam Job Habde ਵਿੱਚ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ PS TET ਦਾ ਅਫੀਸ਼ੀਅਲ ਤੌਰ ਤੇ ਸਿਲੇਬਸ ਆਊਟ ਹੋ ਚੁੱਕਿਆ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ PS TET ਦੀ ਅਫੀਸ਼ੀਅਲ ਸਾਈਟ ਤੇ ਆਓਗੇ ਤਾਂ ਤੁਸੀਂ ਇੱਥੇ ਸਿਲੇਬਸ ਦਾ ਕਾਲਮ ਵੀ ਦੇਖ ਸਕਦੇ ਹੋ ਤੇ ਉਸ ਤੋਂ ਪਹਿਲਾਂ ਗੱਲ ਕਰਾਂਗੇ ਜੀ ਬਹੁਤ ਸਾਰੇ ਕੈਂਡੀਡੇਟ ਨੂੰ ਇੱਥੇ ਫਾਰਮ ਭਰਨ ਦੇ ਲਈ ਦਿੱਕਤ ਆ ਰਹੀ ਹੈ ਤੇ ਮੇਨ ਕੀ ਦਿੱਕਤ ਇਹੀ ਆ ਰਹੀ ਹੈ ਕਿ ਜਦੋਂ ਅਸੀਂ ਰਜਿਸਟ੍ਰੇਸ਼ਨ ਕਰਦੇ ਹਾਂ ਤਾਂ ਕਈ ਵਾਰੀ ਈਮੇਲ ਦਾ ਇੱਥੇ 에ਰਰ ਸ਼ੋ ਕਰਨ ਲੱਗ ਪੈਂਦਾ ਹੈ ਇਸ ਸਾਈਟ ਦਾ ਇਸ਼ੂ ਹੈ ਇਸ ਨੂੰ ਤੁਸੀਂ 2-3 ਵਾਰ ਟਰਾਈ ਕਰੋਗੇ ਜਾਂ ਆਪਣੇ ਪੀਸੀ ਤੋਂ ਜਦੋਂ ਤੁਸੀਂ ਫਾਰਮ ਨੂੰ ਭਰ ਰਹੇ ਹੋ ਤਾਂ ਕੈਸ਼ ਡਾਟਾ ਇਸ ਦਾ ਡਿਲੀਟ ਕਰ ਦਿਓ ਤਾਂ ਹੀ ਤੁਹਾਡਾ ਜੋ ਇਸ ਦੀ ਜੋ ਕੈਸ਼ ਡਾਟਾ ਹੋਣ ਕਰਕੇ ਤੁਹਾਡੇ ਈਮੇਲ 에ਰਰ ਸ਼ੋ ਕਰਦਾ ਹੈ ਤੇ ਨਾਲ ਕਈ ਵਾਰ ਸਾਈਟ ਬਹੁਤ ਜ਼ਿਆਦਾ ਬਿਜ਼ੀ ਹੋਣ ਕਰਕੇ ਇਹ 에ਰਰ ਸ਼ੋ ਕਰਦਾ ਹੈ ਤੇ ਨਾਲ ਦੂਜੀ ਤੌਰ ਤੇ ਕੈਂਡੀਡੇਟ ਇਹ ਵੀ ਕਰਿਆਨ ਕਿ ਜਦੋਂ ਅਸੀਂ ਚੇਂਜ ਪਾਸਵਰਡ ਕਰਦੇ ਹਾਂ ਜਾਂ ਫੋਰਗਟ ਪਾਸਵਰਡ ਕਰਦੇ ਹਾਂ ਇੱਥੇ ਸਾਡਾ ਜੋ ਪਾਸਵਰਡ ਹੈ ਫੋਰਗਟ ਨਹੀਂ ਹੋ ਰਿਹਾ ਇਹ ਈਮੇਲ ਆਈਡੀ ਜੋ ਇਨਵੈਲਡ ਇਹ ਦੱਸ ਰਿਹਾ ਹੈ ਇਸ ਦਾ ਵੀ ਇਹੀ ਮੈਨ ਕਰ ਰਿਹਾ ਹੈ ਕਿ ਸਾਈਟ ਬੀਜੀ ਹੋਣ ਕਰਕੇ ਜੋ ਤੁਹਾਨੂੰ ਇਹ 에ਰਰ ਸ਼ੋ ਹੋ ਰਹੇ ਹਨ ਤੇ ਦੋਸਤੋ ਤੇ ਆਈ ਹੋਪ ਤੁਹਾਨੂੰ ਇਹਨਾਂ ਦੋ ਦੋਨਾਂ ਜੋ ਡਾਊਟ ਬਾਰੇ ਕਲੀਅਰ ਹੋ ਗਿਆ ਹੋਵੇਗਾ ਤੇ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਪੀਐਸਟੈਟ ਦੇ ਸਿਲੇਬਸ ਬਾਰੇ ਇੱਥੇ ਸਿਲੇਬਸ ਆਊਟ ਹੋ ਚੁੱਕਿਆ ਹੈ ਤੇ ਪੀਐਸਟੈਟ ਸਟਰਕਚਰ ਇਸ ਕਾਲਮ ਦੇ ਉੱਤੇ ਆਵਸੀ ਜੋ ਕਲਿੱਕ ਕਰਾਂਗੇ ਤੇ ਇੱਥੇ ਜੋ ਸਿਲੇਬਸ ਹੈ ਜਾਨੀ ਕਿ ਸਟਰਕਚਰ ਪੀਐਸਟੈਟ ਪੀਡੀਐਫ ਇੱਥੇ ਡਾਊਨਲੋਡ ਹੋ ਚੁੱਕਿਆ ਹੈ ਇਸ ਦਾ ਲਿੰਕ ਵੀ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਤੇ ਤੁਸੀਂ ਪੀਡੀਐਫ ਨੂੰ ਡਾਊਨਲੋਡ ਕਰਕੇ ਖੁਦ ਵੀ ਆਪਣੇ ਜੋ ਸਿਲੇਬਸ ਨੂੰ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੀ ਇੱਥੇ ਦੇਖ ਸਕਦੇ ਹੋ ਸਟਰਕਚਰ ਆਫ ਪੀਐਸਟੈਟ 2022 ਏ ਦੀ ਕੁਐਸਚਨ ਬਿਲਵੀ ਸੈਟ ਇਨ ਪੀਐਸਟੈਟ 1 ਐਸ ਪਰ ਦੀ ਫਾਲੋਇੰਗ ਬ੍ਰੇਕਅਪ ਤੇ ਇੱਥੇ ਚਾਈਲਡ ਹਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇਖ ਸਕਦੇ ਹੋ 30 ਐਮਸੀਕਿਊਜ਼ ਕੁਐਸਚਨ ਹੋਣਗੇ ਤੇ 30 ਮਾਰਕਸ ਦੇ ਹੋਣਗੇ ਤੇ ਦੂਜੇ ਨੰਬਰ ਤੇ ਲੈਂਗੁਏਜ ਫਰਸਟ ਦੇਖ ਸਕਦੇ ਹੋ 30 ਕੁਐਸਚਨ ਹੋਣਗੇ ਤੇ 30 ਮਾਰਕਸ ਦੇ ਲੈਂਗੁਏਜ ਟੂ ਇਸ ਦੇ ਵੀ 30 ਕੁਐਸਚਨ ਤੇ 30 ਮਾਰਕਸ ਮੈਥਮੈਟਿਕ एनवायरमेंटल स्टडीज ਇੱਥੇ ਦੇਖ ਸਕਦੇ ਹੋ ਟੋਟਲ ਤੁਹਾਡਾ 150 ਨੰਬਰ ਦਾ ਪੇਪਰ ਹੈ ਤੇ 150 ਤੁਹਾਨੂੰ ਕੁਐਸਚਨ ਆਉਣ ਵਾਲੇ ਹਨ ਇਹ ਪੀਐਸਟੈਟ ਪੇਪਰ 1 ਵਾਸਤੇ ਤੁਸੀਂ ਚੈੱਕ ਕਰ ਸਕਦੇ ਹੋ ਦੂਜੇ ਨੰਬਰ ਤੇ ਦੇਖ ਸਕਦੇ ਹੋ ਕਿ ਪੀਐਸਟੈਟ 2 ਵਾਸਤੇ ਕਿਹੜੇ-ਕਿਹੜੇ ਇੱਥੇ ਕੁਐਸਚਨ ਆਣਗੇ ਤੇ ਕਿੰਨੇ-ਕਿੰਨੇ ਇਹਨਾਂ ਦਾ ਵੇਟੇਜ ਹੋਣ ਵਾਲਾ ਹੈ ਪਹਿਲੇ ਨੰਬਰ ਤੇ ਦੇਖ ਸਕਦੇ ਹੋ ਚਾਈਲਡ ਡਿਵੈਲਪਮੈਂਟ ਐਂਡ ਪੈਡੈਗੋਜੀ ਕੰਪਲਸਰੀ ਹੈ 30 ਕੁਐਸਚਨ 30 ਨੰਬਰ ਦੇ ਆਣਗੇ ਲੈਂਗੁਏਜ 1 ਕੰਪਲਸਰੀ ਹੈ ਲੈਂਗੁਏਜ 2 ਵੀ ਕੰਪਲਸਰੀ ਹੈ ਇਹ ਪੇਪਰ ਪੀਐਸਟੈਟ 1 ਦੇ ਤਰ੍ਹਾਂ ਤੇ ਇਥੇ ਨੰਬਰ ਤੇ ਥੋੜਾ ਇਥੇ ਚੇਂजेस ਕੀਤਾ ਗਿਆ ਫਾਰ ਮੈਥਮੈਟਿਕ ਐਂਡ ਸਾਇੰਸ ਟੀਚਰ ਵਾਸਤੇ ਮੈਥਮੈਟਿਕ ਐਂਡ ਸਾਇੰਸ 60 ਐਮਸੀਕਿਊ ਕੁਐਸਚਨ ਹੋਣਗੇ 1 ਨੰਬਰ ਦਾ ਇੱਕੋ ਕੁਐਸਚਨ ਉਸ ਤੋਂ ਬਾਅਦ ਫਾਰ ਸੋਸ਼ਲ ਸਟਡੀ ਟੀਚਰ ਵਾਸਤੇ ਇਥੇ ਦੇਖ ਸਕਦੇ ਹੋ 60 ਐਮਸੀਕਿਊ ਕੁਐਸਚਨ ਅਤੇ 1 ਨੰਬਰ ਦਾ ਇੱਕੋ ਕੁਐਸਚਨ ਤੁਹਾਡਾ ਹੋਣ ਵਾਲਾ ਹੈ ਇਹ ਸਾਰੇ ਸਬਜੈਕਟਾਂ ਵਾਸਤੇ ਜਿਵੇਂ ਕਿ ਆਪੋ ਆਪਣੇ ਤੁਹਾਡੇ ਜੋ ਵੱਖਰੇ ਵੱਖਰੇ ਸਬਜੈਕਟ ਹੁੰਦੇ ਹਨ ਫਾਰ ਆਰਟ ਐਂਡ ਕਰਾਫਟ ਵਾਸਤੇ ਫਾਰ ਫਿਜ਼ੀਕਲ ਐਜੂਕੇਸ਼ਨ ਟੀਚਰ ਵਾਸਤੇ ਫਾਰ ਹੋਮ ਸਾਇੰਸ ਉਰਦੂ 뮤직 ਸੰਸਕ੍ਰਿਤ ਵਾਸਤੇ ਆਰੇ ਵਾਸਤੇ ਇੱਥੇ ਤੁਸੀਂ ਆਪਣੇ ਸਬਜੈਕਟ ਦੇ ਅਨੁਸਾਰ ਇਸ ਨੂੰ ਦੇਖ ਸਕਦੇ ਹੋ ਤੇ ਇਹ ਤੁਹਾਡਾ ਵੀ ਪੇਪਰ ਜੋ ਪੀਐਸਟੈਟ 2 ਹੈ ਉਹ ਵੀ ਤੁਹਾਡੇ 150 ਨੰਬਰ ਦਾ ਤੇ 150 ਕੁਐਸਚਨ ਤੁਹਾਡੇ ਇਸ ਦੇ ਵਿੱਚ ਹੋਣ ਵਾਲੇ ਹਨ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਨੈਕਸਟ ਦੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਪੀਐਸਟੈਟ 2023 ਸਿਲੇਬਸ ਇਸ ਕਾਲਮ ਦੇ ਵਿੱਚ ਕੀ ਹੈ ਤੇ ਇਸ ਨੂੰ ਤੁਸੀਂ ਕਲਿੱਕ ਕਰੋਗੇ ਤੇ ਇੱਥੇ ਆ ਜਾਵੇਗਾ ਲਾਸਟ ਡੇਟ ਫਾਰ ਰਜਿਸਟ੍ਰੇਸ਼ਨ 28 ਤਰੀਕ ਹੈ ਸਿਲੇਬਸ ਫਾਰ ਪੀਐਸਟੈਟ 2023 ਸਿਲੇਬਸ ਫਾਰ ਪੀਐਸਟੈਟ 1 ਪੇਪਰ ਅਤੇ ਪੀਐਸਟੈਟ ਪੇਪਰ 2 ਦੇ ਵਾਸਤੇ ਫਾਰ ਦੀ ਸਿਲੇਬਸ ਆਰਟ ਐਂਡ ਕ્રાਫਟ ਪੀਐਸਟੈਟ ਪੇਪਰ 2 ਵਾਸਤੇ ਤੇ ਚਲੋ ਡਾਊਨਲੋਡ ਕਰਦੇ ਹਾਂ ਨਾ ਜੋ ਨੋਟੀਫਿਕੇਸ਼ਨ ਨੂੰ ਤੇ ਇੱਥੇ ਦੋਸਤੋ ਨੋਟੀਫਿਕੇਸ਼ਨ ਜੋ ਡਾਊਨਲੋਡ ਹੋ ਚੁੱਕਾ ਹੈ ਸਟਰਕਚਰ ਆਫ ਕਨਸਟੈਂਟ ਆਫ ਪੀਐਸਟੈਟ ਆਲ ਕੁਐਸ਼ਨ ਪੀਐਸਟੈਟ ਵਿਲ ਬੀ ਮਲਟੀਪਲ ਚੁਆਇਸ ਕੁਐਸ਼ਨ ਹੋਣ ਵਾਲੇ ਹਨ ਇਸ ਦੇ ਵਿੱਚ ਈਚ ਕੈਰੀਿੰਗ 1 ਮਾਰਕਸ ਇੱਕ ਕੁਐਸ਼ਨ ਦਾ ਇੱਕ ਹੋਵੇਗਾ ਵਿਦ 4 ਆਲਟਰਨੇਟਿਵ ਜੋ ਆਊਟ ਆਫ ਵਿਚ 1 ਆਨਸਰ ਇਜ਼ ਕਰੈਕਟ ਯਾਨੀ ਕਿ ਚਾਰ ਤੁਹਾਨੂੰ ਇਸ ਤੇ ਜੋ ਆਨਸਰ ਮਿਲਣਗੇ ਉਹਨਾਂ ਵਿੱਚੋਂ ਇੱਕ ਸਹੀ ਹੋਵੇਗਾ ਥੇਰ ਵਿਲ ਬੀ ਨੋ ਨੈਗੇਟਿਵ ਮਾਰਕਿੰਗ ਇਸ ਪੇਪਰ ਵਾਸਤੇ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਣ ਵਾਲੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਥੇਰ ਵਿਲ ਬੀ 2 ਪੇਪਰ ਆਫ ਪੀਐਸਟੈਟ ਪੇਪਰ 1 ਐਂਡ ਪੇਪਰ 2 ਤੇ ਇਸ ਦੇ ਵਿੱਚ ਪੇਪਰ 1 ਦੇ ਵਿੱਚ 1 ਤੋਂ ਲੈ ਕੇ 5ਵੀਂ ਜੋ ਪ੍ਰਾਇਮਰੀ ਸਟੇਜ ਵਾਲੇ ਟੀਚਰ ਹੁੰਦੇ ਹਨ ਤੇ ਡਿਊਰੇਸ਼ਨ ਕੀ ਹੋਵੇਗੀ ਐਗਜ਼ਾਮੀਨੇਸ਼ਨ ਦੀ 2.5 ਘੰਟੇ ਹੋਣ ਵਾਲੇ ਹਨ ਤੁਹਾਡੇ ਐਗਜ਼ਾਮੀਨੇਸ਼ਨ ਦੇ ਵਾਸਤੇ ਤੇ 150 ਕੁਐਸਚਨ ਤੁਹਾਡੇ ਐਮਸੀਕਿਊਜ਼ ਹੋਣ ਵਾਲੇ ਹਨ ਤੇ ਜਿਸ ਦੇ ਵਿੱਚ ਚਾਈਲਡ ਹੁਡ ਡਿਵੈਲਪਮੈਂਟ ਐਂਡ ਪੈਡਾਗੋਜੀ ਇਹ ਤੁਸੀਂ ਸਾਰਾ ਉੱਤੇ ਦੇਖ ਹੀ ਲਿਆ ਹੋਵੇਗਾ ਤੇ ਇਹਨਾਂ ਦਾ ਜੋ ਡੀਪਲੀ ਜਾਨਕੀ ਇਹਨਾਂ ਦੇ ਵਿੱਚ ਸਟੈਂਡਰਡ ਆਫ ਕੁਐਸਚਨ ਕੀ ਹੋਣਗੇ ਇਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਤੇ ਸਿਲੇਬਸ ਫਾਰ ਪੀਅਰ ਸਟੱਟ 1 ਇਹ ਕੀ ਹੋਵੇਗਾ ਕਨਸੈਪਟ ਆਫ ਡਿਵੈਲਪਮੈਂਟ ਐਂਡ ਰਿਲੇਸ਼ਨਸ਼ਿਪ ਵਿਦ ਲਰਨਿੰਗ ਇਹ ਹਜੇ ਤੁਸੀਂ ਟਾਪਿਕ ਨੂੰ ਇਥੇ ਚੈੱਕ ਕਰ ਸਕਦੇ ਹੋ ਇਹਨਾਂ ਟਾਪਿਕਾਂ ਦੇ ਵਿੱਚ ਤੁਹਾਡਾ ਜੋ ਸਿਲੇਬਸ ਬਣਾਇਆ ਗਿਆ ਹੈ ਤੇ ਇਹ ਹੀ ਟਾਪਿਕ ਤੁਹਾਡੇ ਆਉਣ ਵਾਲੇ ਹਨ ਪੰਜਾਬੀ ਦਾ ਕੀ ਸਿਲੇਬਸ ਹੋਵੇਗਾ ਪੰਜਾਬੀ ਜੋ ਇੰਗਲਿਸ਼ ਲੈਂਗੁਏਜ ਦਾ ਕੀ ਇਥੇ ਸਿਲੇਬਸ ਹੋਣ ਵਾਲਾ ਹੈ ਮੈਥਮੈਟਿਕਸ ਦਾ ਕੀ ਸਿਲੇਬਸ ਹੋਣ ਵਾਲਾ ਹੈ ਇਹ ਤੁਸੀਂ ਕਿਹੜੇ ਕਿਹੜੇ ਚੈਪਟਰ ਇਸ ਦੇ ਵਿੱਚ ਆਉਣ ਵਾਲੇ ਹਨ ਇਹ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ এনवायरमेंटਲ ਸਟੱਡੀ ਵਿੱਚ ਕਿਹੜੇ ਕਿਹੜੇ ਟਾਪਿਕ ਆਉਣ ਵਾਲੇ ਹਨ ਕਿਹੜੇ ਕਿਹੜੇ ਚੈਪਟਰ ਆਉਣ ਵਾਲੇ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਐਲੀਮੈਂਟਰੀ ਸਟੇਜ ਦੇ ਵਿੱਚ ਜਾਨੀ ਕਿ ਪੰਜਵੀਂ ਤੋਂ ਲੈ ਕੇ ਜੋ ਅੱਠਵੀਂ ਤੱਕ ਦੇ ਜੋ ਟੀਚਰ ਹੁੰਦੇ ਹਨ ਉਹਨਾਂ ਵਾਸਤੇ ਦੇਖ ਸਕਦੇ ਹੋ ਚਾਈਲਡ ਹੁਡ ਡਿਵੈਲਪਮੈਂਟ ਐਂਡ ਪੈਡਾਗੋਗੀ ਇਸ ਦੇ ਵਿੱਚ ਕਿਹੜੇ-ਕਿਹੜੇ ਜੋ ਚੈਪਟਰ ਜਾਂ ਟੌਪਿਕ ਪੁੱਛੇ ਜਾਣਗੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਲੈਂਗੁਏਜ ਪੰਜਾਬੀ ਦੇ ਵਿੱਚ ਕਿਹੜੇ-ਕਿਹੜੇ ਆਣਗੇ ਇਹ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਤੇ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਪੂਰੇ ਸਿਲੇਬਸ ਨੂੰ ਚੈੱਕ ਆਊਟ ਕਰ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਜੇ ਨੈਕਸਟ ਪੀਡੀਐਫ ਬਾਰੇ ਸਿਲੇਬਸ ਫਾਰ ਆਰਟ ਐਂਡ ਕ੍ਰਾਫਟ ਪੀਐਸਟੈਟ ਪੇਪਰ 2 ਵਾਸਤੇ ਤੇ ਇਹ ਵੀ ਪੀਡੀਐਫ ਜੋ ਸਾਡੇ ਡਾਊਨਲੋਡ ਹੋ ਚੁੱਕੀ ਹੈ ਤੇ ਇੱਥੇ ਦੇਖ ਸਕਦੇ ਹੋ ਕਿ ਪਾਰਟ 1 ਜੀਓਮੈਟ੍ਰੀਕਲ ਡਰਾਇੰਗ ਐਂਡ ਸਕੇਲ ਡਰਾਇੰਗ ਦੇ ਵਿੱਚ ਜੋ ਤੁਹਾਡੇ ਕੁਐਸਚਨ ਨੇ ਕਿਹੜੇ ਹੋਣਗੇ ਜੀਓਮੈਟ੍ਰੀਕਲ ਡਰਾਇੰਗ ਸਕੇਲ ਡਰਾਇੰਗ ਵਿੱਚ ਵਰਤੇ ਜਾਣ ਵਾਲੇ ਜੰਤਰ ਰੇਖਾਵਾਂ ਤੇ ਰੇਖਾਵਾਂ ਦੀਆਂ ਕਿਸਮਾਂ ਕੋਣ ਅਤੇ ਕੋਣ ਦੀਆਂ ਕਿਸਮਾਂ ਇੱਥੇ ਤੁਸੀਂ ਸਭ ਨੂੰ ਚੈੱਕ ਕਰ ਸਕਦੇ ਹੋ ਜਿਨ੍ਹਾਂ ਨੇ ਆਰਟ ਐਂਡ ਕraft ਦੇ ਲਈ ਜੋ ਫਾਰਮ ਭਰ ਰਹੇ ਹਨ ਕੈਂਡੀਡੇਟ ਤੇ ਪਾਰਟ 2 ਦੇ ਵਿੱਚ ਚਿੱਤਰਕਲਾ ਕਲਾ ਪਰਿਭਾਸ਼ਾ ਕਿਸਮਾਂ ਉਦੇਸ਼ ਇਹ ਸਾਰੇ ਕੁਸ਼ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਪੂਰਾ ਸਿਲੇਬਸ ਇੱਥੇ ਆਊਟ ਹੋ ਚੁੱਕਿਆ ਹੈ ਪੀਐਸਟੈਟ ਦਾ ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਮਿਲਦੇ ਹਾਂ ਕਿਸੇ ਹੋਰ ਨੈਕਸਟ